ਵੱਡੀ ਲਾਚੀ ਇਹਦੇ ਕਾ ਜ਼ੀਰੋ ਗਿਆ ਲੱਗਦਾ ਤੂੰ ਰਿਕਾਰਡਿੰਗ ਚ ਵੀ ਆਪਣੀ ਗੁਰਬਤ ਦੱਸਣੀ ਹੁੰਦੀ ਕਦੀ ਪਜਾਮਾ ਦਾ ਨੀ ਕਹੇਗਾ ਸੱਠਾ ਨਹੀਂ ਤੀਆਂ ਦਾ ਅੱਗੋਂ ਸ਼ਰਮਿੰਦਾ ਨੀ ਕਹਿੰਦਾ ਭਾਜੀ ਮੈਂ ਆਪਣੀ ਔਕਾਤ ਨੀ ਭੁੱਲਦਾ ਸਾਰੀਆਂ ਅਫੀਸ਼ਲ ਦਾ ਬਹੁਤ ਅੱਛਾ ਯਕੀਨ ਕਰ ਮੈਂ ਇੱਕ ਵਾਰੀ ਮੇਰਾ ਅਫੀਸ਼ਲ ਕੀਤਾ ਉਹ ਤੇਰੀ ਭਾਬੀ ਨੇ ਕੁੰਡੀ ਨੀ ਖੋਲੀ ਕਹਿੰਦੀ ਪਤਾ ਨੀ ਕੋਈ ਬੰਦਾ ਹੋਰ ਆ ਗਿਆ ਪਾਣੀ ਤੂੰ ਇੰਨਾ ਲਾ ਦੇਣਾ ਲੱਗਦਾ ਸਿਰ ਚ ਮੈਂ ਧਨੀਆ ਉਗਾਇਆ ਕਿਸ਼ਤਾਂ ਕਰ ਸੋਹਣੇ ਦਾ ਹੱਥ ਜੋ ਹੈ ਨਾ ਕੱਲ ਦੀ ਗੱਲ ਸੁਣ ਲੋ ਇਹਨੇ ਇੱਕ ਬੰਦੇ ਦੀ ਕਟਿੰਗ ਕਰਨ ਲੱਗਾ ਉਹਨੇ ਕਿਹਾ ਮਸ਼ੀਨ ਲਾ ਦੇ ਫੇਰ ਮਸ਼ੀਨ ਲਾ ਕੇ ਤੁਹਾਡਾ ਕੰਨ ਹੀ ਲਾ ਦਿੱਤਾ ਇਹਨੇ ਮਰਵਾ ਦੇਣਾ ਉਸ ਤਰ੍ਹਾਂ ਤੂੰ ਮੇਰੇ 2 ਮਿੰਟ ਦਾ ਤੂੰ ਕਿਹਾ ਤੇ 5 ਮਿੰਟ ਇਹਨੂੰ ਪਤਾ ਨੀ ਕਿਉਂ ਨੀ ਆਉਣ ਡਿਆ ਅੱਛਾ ਭੁੱਲ ਗਏ ਬਹੁਤ ਅੱਛਾ ਯਕੀਨ ਕਰ ਮੈਂ ਇੱਕ ਵਾਰੀ ਮੇਰਾ ਅਫੀਸ਼ਲ ਕੀਤਾ ਉਹ ਤੇਰੀ ਭਾਬੀ ਨੇ ਕੁੰਡੀ ਨੀ ਖੋਲੀ ਕਹਿੰਦੀ ਪਤਾ ਨੀ ਕੋਈ ਬੰਦਾ ਹੋਰ ਆ ਗਿਆ ਚਿੱਟਾ ਕਰਤਾ ਮੇਰਾ ਨੁਕਸਾਨ ਮੈਂ 8 ਦਿਨ ਅਫੀਸ਼ਲ ਕਰਾ ਕੇ ਨਾ ਉਹਨਾਂ ਦੁਕਾਨਾਂ ਕੇ ਫਿਰਦੇ ਰਹੇ ਜਿਹਨਾਂ ਕੋਲ ਮੈਂ ਆਧਾਰ ਸੌਦਾ ਲਿਆ ਕਿਸੇ ਨੇ ਨੀ ਪੁੱਛਿਆ ਮੈਨੂੰ ਸਾਰੀਆਂ ਕਲਰ ਤਿਆਰ ਸਾਰਾ ਕੁਛ ਤੁਸੀਂ ਕਿਹਾ ਵੀ 2 ਮਿੰਟ ਚ ਕੰਮ ਕਰਨਾ ਉਦਣ ਮੈਨੂੰ ਕਿਹਾ ਮੈਂ ਕਿਹਾ ਕਲਰ ਤਿਆਰ ਹੈ ਕਹਿੰਦਾ ਹਾਂਜੀ ਬਸ ਬਨੈਣ ਪਾਉਣ ਵਾਲੀ ਸੁਰਮਾ ਪਾਉਣ ਵਾਲਾ ਕਲਰ ਤਿਆਰ ਜਿਪ ਕਿਉਂ ਨੀ ਲਵਾਉਂਦਾ ਇਹਨੂੰ ਤੇਰਾ ਹੱਥ ਲਾ ਸੌਖਾ ਕਰੇ ਨਾ ਜਿਪ ਲਵਾ ਬਿਲਕੁਲ ਗੰਢਾ ਬੰਨ ਬਣ ਕੇ ਗੰਢ ਨਹੀਂ ਸਾਹ ਜੀ ਆਖਰੀ ਲੋਕ ਲਾਇਆ ਤੁਹਾਨੂੰ ਏਡਾ ਤੂੰ ਰੈਸਲਰ ਆਖਰੀ ਲੋਕ ਲਾਇਆ ਬਟਿਸਟਾ ਵਾਲਾ ਦਾਲ ਆਇਆ
ਸਾਜ ਜੀ ਜਾ ਉਹ ਰੀਮ ਹਾਂਜੀ ਜਦੋਂ ਆ ਕਲਰ ਲੱਗ ਜਾਂਦਾ ਨਾ ਮੇਰੇ ਵਾਲ ਥੱਲੇ ਬਹਿੰਦੇ ਹਾਂਜੀ ਉਹ ਗੌਰ ਕਰੀ ਹੋਵੇ ਉਹ ਅਫਰੀਕਾ ਦੀ ਗਲਹਿਰੀ ਹੁੰਦੀ ਖੜਾ ਦੇਖਿਆ ਕੁੜੇ ਕੁਛ ਨਾ ਕੁਛ ਕਹਿੰਦੇ ਰਹਿਣਾ ਵੇਲਾ ਨੀ ਬੰਦਾ ਅਜ਼ੀਮ ਖਾਨ ਲੇਕਿਨ ਥੋੜਾ ਕਾਰੀਗਰ ਪੂਰਾ ਆਪਣੇ ਕੰਮ ਦਾ ਇਸ ਗਾਜ਼ੀ ਰੋਡ ਦੇ ਪੂਰੇ ਇਲਾਕੇ ਚ ਚਲੋ ਠੀਕ ਨੇ ਸਤਾ ਜੀ ਐ ਕੀ ਜਗ੍ਹਾ ਛੱਡੀ ਇੱਥੇ ਨਾ ਮੈਂ ਪੌਦੇ ਲਾਉਣੇ ਵਾਲ ਤੱਕੇ ਚੁੱਪ ਚੁੱਪ ਫੇ ਵਾਲਾ ਵਾਲ ਲੜੇ ਝੂਮਰ ਪਾਉਣ ਦੇ ਆਰਾਮ ਨਾਲ ਗਿੱਪੀ ਮਰੀ ਵਾਲ ਮਰੀ ਵਾਲ ਉਹ ਲੱਗਦਾ ਵਾਲਾਂ ਨੂੰ ਵੇਖ ਕੇ ਲੱਗਦਾ ਜੈਮਜ਼ ਬੌਂਡ ਦੇ ਟੀਵੀ ਹੋ ਗਈ ਹੈ ਨਾ ਪਿਛਲੇ ਦਿਨ ਇਹਨੇ ਬੰਦੇ ਨੇ ਅਗਨ ਕਲਰ ਲਾਇਆ ਵੇ ਅੱਛਾ ਤੇ ਉਹ ਇੱਥੋਂ ਸੁੱਤਾ ਕਲਰ ਘਰ ਲੱਭਾ ਜਾ ਕੇ ਭਾਵੇਂ ਸੋਹਣੇ ਯਾਰ ਵੈਸੇ ਆ ਤੇਰਾ ਨਾ ਐ ਇਹਨਾਂ ਗੱਲਾਂ ਤੋਂ ਕਮਾਲ ਲੱਗਦਾ ਸਫ਼ਰ ਵੇਖਿਆ ਅਜ਼ੀਮ ਖਾਨ ਕਿੰਨਾ ਜਿੱਥੋਂ ਮੈਂ ਆਇਆ ਘਰ ਤੋਂ ਵੇਖੇ ਹਾਂਜੀ ਹਾਂਜੀ ਗਾਜ਼ੀ ਰੋਡ ਤੇ ਆਉਣ ਦਾ ਮਕਸਦ ਇਹ ਹੁੰਦਾ ਕਿ ਸੋਹਣੇ ਕੋਲੋਂ ਭਾਜੀ ਕਲਰ ਛਲਰ ਹਾਂਜੀ ਹਾਂਜੀ ਤੇ ਸੋਹਣੇ ਕੋਲੋਂ ਕਟਿੰਗ ਕੀ ਬਾਤ ਹੈ ਜੀ ਬਹੁਤ ਅੱਛੇ ਬਲਕਿ ਛੋਟੇ ਦਾ ਵੀ ਨਾਗਾ ਹੁੰਦਾ ਮੰਗਲ ਬਹੁਤ ਹੈ ਨਾਗਾ ਹੀ ਹਾਂਜੀ ਹਾਂਜੀ ਸਾਜੀ ਯਾਰ ਵਾਹ ਵਾਹ ਹੁਣ ਤੁਹਾਡਾ ਮੈਂ ਇੱਥੇ ਸਿਰ ਜਦੋਂ ਵਾਸ਼ ਕਰਨਾ ਨਾ ਮੈਂ ਅੱਗੇ ਕਹਿਣ ਲੱਗਾ ਤਾਜੀ ਹੁਣ ਮੈਂ ਤੁਹਾਡੇ ਇੱਥੇ ਗਿੱਟੇ ਨੂੰ ਸੰਗਲ ਪਾਉਣਾ ਕਿਉਂਕਿ ਤੁਸੀਂ ਪੈਸੇ ਨਹੀਂ ਦਿੱਤੇ ਹੁਣ ਮੈਂ ਤੁਹਾਡੇ ਇੱਥੇ ਨਾ ਗਿੱਟੇ ਨੂੰ ਸੰਗਲ ਪਾ ਉੱਤੋਂ ਕਮਾਨ ਇੰਜ ਲਿਆ ਜੀ ਉਹ ਤੜਕਾ ਲੱਗਦੇ ਯਾਰ ਕੀ ਆ ਵਾ ਜਿਸ ਤਰ੍ਹਾਂ ਤੁਹਾਡੇ ਵਾਲ ਨੇ ਕਰ ਦਿੱਤੇ ਨੇ ਨਾ ਇਸ ਤਰ੍ਹਾਂ ਦੇ ਕੋਜ਼ੀ ਲੀਮ ਵਾਲੇ ਦਿੰਦੇ ਹੁੰਦੇ ਨਾਲ ਪਿਆਜ਼ ਜੇ ਅੱਛਾ ਤੂੰ ਲੜਾਈ ਵਾਲੇ ਕੁੱਕੜ ਵੇਖਿਆ ਨਾ ਜੀ ਵੇਖਿਆ ਸੁਣਾ ਵਾਲਾ ਲੱਗ ਰਿਹਾ ਹਰਿਆ ਹਰਿਆ ਲੜਿਆ ਹੀ ਨਹੀਂ ਹਰਿਆ ਕੀ ਵੀਵਰ ਹੈ ਮੈਂ ਤੁਹਾਨੂੰ ਦੱਸਦਾ ਜਾਵਾਂ ਜੀ ਮੇਰਾ ਭਾਈ ਸੋਹਣਾ ਹੈ ਮੇਰਾ ਭਰਾ ਹੈ ਲੇਕਿਨ ਸੋਹਣਾ ਪਹਿਲੇ ਤਾਂ ਇਹ ਨਹੀਂ ਮੰਨਣ ਚਾਹੁੰਦੀ ਨਾ ਅਤੇ ਇਹ ਨਾਲ ਇਹ ਕੀ ਗੱਲ ਅਜ਼ੀਮ ਛੋਟਾ ਭਾਈ ਅਤੇ ਇਹ ਅੱਜ ਆਏ ਸੀ ਗਾਜ਼ੀ ਰੋਡ 'ਤੇ ਮੈਂ ਜਦੋਂ ਵੀ ਕੰਮ ਸ਼ੰਮ ਕਰਾਉਣਾ ਹੁੰਦਾ ਨਾ ਵਾਲਾ ਚਾਲਣ ਦਾ ਜਾਂ ਕੋਈ ਵੀ ਮਤਲਬ ਕਿ ਇਸ ਮੁਤਲਕਾ ਸੈਲੋਨ ਦੇ ਮੁਤਲਕਾ ਅਤੇ ਮੈਂ ਫਿਰ ਸੋਹਣੇ ਕੋਲ ਹੀ ਆਉਣਾ ਹੁੰਦਾ ਜੀ ਇਹ ਨਹੀਂ ਕਿ ਮੇਰਾ ਭਾਈ ਇਸ ਕਰਕੇ ਕਾਰੀਗਰ ਬਹੁਤ ਅੱਛਾ ਮੈਂ ਚਲੋ ਅੱਜ ਜਰਾ ਆਏ ਸਾ ਕਟਿੰਗ ਛੱਡੀ ਕਰਾਉਣ ਤੇ ਕਿਉਂ ਨਾ ਸ਼ੋਰ ਕੌਣ ਕਰੀਏ ਮਾੜਾ ਜਿਹਾ ਨਾਲੇ ਸੋਹਣੇ ਦਾ ਵੀ ਤਾਰਫ ਹੋ ਜਾਏ ਜੀ ਜੀ ਤੇ ਕੋਈ ਸੋਹਣਾ ਸਾਡੇ ਨਾਲ ਹੀ ਇਹ ਪ੍ਰੋਗਰਾਮ ਚ ਇਨਸ਼ਾਅੱਲਾ ਇਹ ਵੀ ਪੱਕੀ ਗੱਲ ਹੈ ਇਨਸ਼ਾਅੱਲਾ ਅਜ਼ੀਮ ਵੀ ਮਾਸ਼ਾਅੱਲਾ ਆ ਗਿਆ ਕੋਲ ਸਾਰੀ ਟੀਮ ਇਕੱਠੀ ਹੋ ਜਾ ਰਹੀ ਆਸਤਾ ਆਸਤਾ ਬਬਲਾ ਬਬਲੇ ਨੂੰ ਬੁਖਾਰ ਹੈ ਜੀ ਅੱਜ ਬਬਲਾ ਅੱਜ ਬੇਕਾਰ ਹੈ ਇਸ ਲਈ ਨਹੀਂ ਆ ਸਕਿਆ ਸੋਹਣੇ ਹੋਰ ਕੋਈ ਕੰਮ ਤੇ ਨਹੀਂ ਰਹਿੰਦਾ ਦਮ ਦੇ ਕੇ ਵਾਲਾ ਵੱਡੀ ਲਾਚੀ ਇਹਦੇ ਸਿਰ ਹੋ ਗਿਆ ਆਪਣੀ ਔਕਾਤ ਨੀ ਭੁੱਲਦਾ ਤੀਆਂ ਤੋਂ ਉੱਤੇ ਚਲਾ ਜਾ ਦਫਾ ਜਾ ਕਿਤੇ ਪੰਜਾਹ ਦਾ ਕਰ ਲੈ ਹਾਲੇ ਨੇ ਲੈਣਾ ਵੀ ਨੀ ਹੁੰਦਾ ਕਹਿਣਾ ਹੀ ਹੁੰਦਾ ਸਿਰਫ ਇਹਨਾਂ ਦੇ ਪੂਰੇ ਇਲਾਕੇ 3800 ਕਾਰਾਂ ਤੇ ਇੱਕ ਟ੍ਰਾਂਸਫਾਰਮਰ ਯਕੀਨ ਕਰ ਸਾਰਿਆਂ ਦੇ ਘਰ ਜੀਰੋ ਦੇ ਬਲਬ ਲੱਗੇ ਪੂਰੀ ਲਾਈਟ ਨਹੀਂ ਉਹ ਵੱਡਾ ਬਲਬ ਰੋਤ ਮਾਕਾ ਹੈ ਸਾਜੀ ਭੋਲਾ ਸੁਨਿਆਰਾ ਫਿਲਮ ਜਿਹੜੀ ਆਹੋ ਮਹੱਲੇ 'ਚ ਭੋਲਾ ਕਬਾੜੀਆਂ ਲੱਗੀ ਭੋਲਾ ਕਬਾੜੀਆਂ ਲੱਗੀ
ਵਿਜਿਟ ਜ਼ਰੂਰ ਕਰਨਾ ਮੇਰੇ ਕਹਿਣ ਤੇ ਹੁਸੈਨ ਹੇਅਰ ਸਲੋਨ ਗਾਜ਼ੀ ਰੋਡ ਸੋਹਣਾ ਬਾਈ ਅਲਮਰੂਫ ਸ਼ਖਸੀਅਤ ਸੋਹਣਾ ਬਾਈ ਕਿਤੇ ਪੁੱਛ ਲਓ ਤੁਹਾਨੂੰ ਛੱਡ ਕੇ ਜਾਣ ਦੀ ਦੁਕਾਨ ਆ ਬੋਲ ਕੇ ਨਾਲ 10 ਮਿੰਟ ਬਹਿ ਕੇ ਵੀ ਜਾਣਗੇ ਸਾਡੇ ਕੋਲ ਸ਼ੁਕਰ ਰਸ਼ ਹੁੰਦਾ ਤੁਸੀਂ ਬੋਲ ਰਹੋ ਲਓ ਜੀ ਫਿਰ ਅੱਲਾ ਹਾਫਿਜ਼ ਮਿਲਣੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਲਓ ਜੀ ਫਿਰ ਰੱਬ ਰੱਖੇ।